ਆਹ ਰੇਲਵੇ ਆ ਜਿਹਨੂੰ ਦੇਖਣ ਵਾਸਤੇ ਸੀ ਐਨ ਟਾਵਰ ਬਣਿਆ ਸੀ। ਇੱਥੇ ਫੋਟੋਆਂ ਖਿਚਾਉਣ ਦੇ ਮਾਰਿਆਂ ਨੇ ਵੀਰੇ ਲਗਭਗ $70 ਡਾਲਰ ਦਿੱਤੇ, ਜੇ ਉਦੋਂ ਤਾਂ ਜਾਣਾ ਤਾਂ $100 ਵੀ ਲੱਗ ਜਾਂਦਾ। ਫਿਰ ਆਪਾਂ ਦੇਖ ਸਾਲ ਦੇ ਵਿੱਚ 300-400 ਵਾਰ ਬਿਜਲੀ ਡਿੱਗਦੀ ਆ ਕਿਉਂਕਿ ਇੰਨਾ ਉੱਚਾ। ਪਰ ਜੇਕਰ ਬਠਿੰਡੇ ਵਾਲੇ ਥਰਮਲਾਂ ਨੂੰ ਨਾ ਢਾ ਕੇ ਉਹਦੇ ਉੱਤੇ ਜੇ ਹੋਟਲ ਬਣਾ ਦਿੱਤੇ ਉਹ ਵੀ ਸੀਐਨ ਟਾਵਰ ਦਾ ਇੱਕ ਛੋਟਾ ਰੂਪ ਹੋ ਸਕਦੇ ਆ। ਦੇਖ ਲਓ ਜਦੋਂ ਸਾਡੇ ਆਪਾਂ ਗੱਲ ਕਰੀਏ ਹਜੇ ਬਲਦ ਗੱਡੀਆਂ ਵੀ ਪੂਰੀਆਂ ਨਹੀਂ ਸੀ ਉਹ ਟਾਈਮਾਂ ਦੇ ਵਿੱਚ, ਅੰਗਰੇਜ਼ਾਂ ਨੇ ਇੱਥੇ ਰੇਲਵੇ ਚਲਾਈ ਹੋਈ ਸੀ। ਲਓ ਜੀ ਅੱਜ ਤੁਹਾਨੂੰ ਦਿਖਾਉਣਾ ਕੈਨੇਡਾ ਦਾ ਸੀਐਨ ਟਾਵਰ, ਕਿਉਂਕਿ ਜਿਹੜਾ ਬੰਦਾ ਕੈਨੇਡਾ ਗਿਆ ਜੇਕਰ ਉਹਨੇ ਨਾਇਗਰਾ ਫਾਲ ਅਤੇ ਸੀਐਨ ਟਾਵਰ ਨਹੀਂ ਦੇਖਿਆ ਤਾਂ ਠੀਕ ਆ, ਉੱਥੇ ਖੜ ਕੇ 2 ਫੋਟੋਆਂ ਨਹੀਂ ਪਾਈਆਂ ਤਾਂ ਮੰਨਿਆ ਜਾਂਦਾ ਵੀ ਹਜੇ ਕੈਨੇਡਾ ਪਹੁੰਚਿਆ ਨਹੀਂ। ਸੋ ਅੱਜ ਆਪਾਂ ਕੈਨੇਡਾ ਦੇ ਸੀਐਨ ਟਾਵਰ, ਟਰਾਂਟੋ ਦੇ ਆਪਾਂ ਗੱਲ ਕਰੀਏ ਡਾਊਨ ਟਾਊਨ ਦਾ ਸਾਰਾ ਅਨਾਲਿਸਿਸ ਕਰਾਂਗੇ ਉੱਥੇ ਕੀ ਚੀਜ਼ਾਂ ਹਨ। ਸੋ ਬਿਨਾਂ ਕਿਸੇ ਦੇਰੀ ਦੇ ਕਰਕੇ ਸ਼ੁਰੂ ਬੁਲਾਓ। ਜੇ ਬੰਦਾ ਕੈਨੇਡਾ ਗਿਆ ਹੋਵੇ ਉਹਨਾਂ ਦੇ ਕੈਨੇਡਾ ਗਿਣੇ ਨਹੀਂ ਜਾਂਦਾ ਜਿੰਨਾ ਚਿਰ ਸੀਐਨ ਟਾਵਰ ਨਹੀਂ ਦੇਖਦਾ। ਅਤੇ ਸੀਐਨ ਟਾਵਰ ਆ ਜਿਹੜਾ ਆਪਾਂ ਗੱਲ ਕਰੀਏ ਟਰਾਂਟੋ ਦੀ ਬਿਲਕੁਲ ਹਿੱਕ 'ਚ ਹੈ ਅਤੇ ਆ ਲੰਬੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨੂੰ ਪਾਰ ਕਰਦੇ ਹੋਏ ਸਾਹਮਣੇ ਜਿਹੜਾ ਸੀਐਨ ਟਾਵਰ ਨਜ਼ਰ ਆ ਰਿਹਾ ਉੱਥੇ ਪਹੁੰਚਣਾ ਹੈ ਨਾ ਆਪਾਂ। ਇਹ ਹੈਗਾ ਡਾਊਨ ਟਾਊਨ ਏਰੀਆ ਸਾਰਾ ਸਾਰਾ, ਮਤਲਬ ਡਾਊਨ ਟਾਊਨ ਉਹ ਏਰੀਆ ਹੁੰਦਾ ਕਿਸੇ ਵੀ ਦੇਖਦਾ ਕਿਸੇ ਵੀ ਸ਼ਹਿਰ ਦਾ ਜਿੱਥੇ ਸਭ ਤੋਂ ਪਹਿਲਾਂ ਵਸਿਆ, ਅਤੇ ਇਹ ਹੈਗਾ ਸੀਐਨ ਟਾਵਰ। ਅੱਜ ਦਿਨੇ ਆਏ ਹਾਂ, ਇੱਕ ਦਿਨ ਰਾਤ ਨੂੰ ਵੀ ਆਏ ਸੀ, ਸਾਹਮਣੇ ਸਕੂਲ ਵੈਨ ਖੜ੍ਹੀ ਹੈ ਅਤੇ ਬਾਈ ਅਤੇ ਜਸ਼ਨ ਦੋਨੇ ਅਤੇ ਮੈਂ 3 ਜਣੇ ਅਸੀਂ ਅੱਜ ਸੀਐਨ ਟਾਵਰ ਦੇਖਣ ਚੱਲੇ ਹਾਂ ਹੈ ਨਾ। ਸੋ ਇੱਧਰਲੇ ਪਾਸੇ ਇੱਧਰ ਆਪਾਂ ਆਏ ਹਾਂ, ਇੱਦੂ ਪੁਲ ਚੜ੍ਹਾਂਗੇ, ਨਾਲ ਹੀ ਦੇ ਰੋਜਰ ਸੈਂਟਰ ਆਉਣਾ। ਰੋਜਰ ਸੈਂਟਰ ਉਹ ਸੈਂਟਰ ਆ ਜਿੱਥੇ ਚਮਕੀਲੇ ਨੇ ਅਖਾੜਾ ਲਾਇਆ ਸੀ ਅਤੇ ਜਿੱਥੇ ਆਪਾਂ ਗੱਲ ਕਰੀਏ ਬਹੁਤ ਵੱਡੇ ਵੱਡੇ ਸਨੋ ਹਾਕੀ ਦੇ ਮੈਚ ਹੁੰਦੇ ਹੈ ਨਾ। ਸੋ ਪੈਦਲ ਵਾਕ ਕਰਦੇ ਹਾਂ, ਸਾਹਮਣੇ ਬੀਬੀ ਕਤੂਰਾ ਲਈ ਖੜ੍ਹੀ ਆ। ਅਸਲ ਦੇ ਵਿੱਚ ਬੰਦਿਆਂ ਨਾਲੋਂ ਇੱਥੇ ਕੁੱਤਿਆਂ ਦੀ ਕਦਰ ਬਹੁਤ ਆ ਭਰਾ ਮੇਰੇ, ਜਵਾਕ ਜਾਂਦੇ ਨਹੀਂ ਲੋਕ ਅਤੇ ਕੁੱਤਿਆਂ ਦੇ ਉੱਤੇ ਲਗਭਗ 2-2 ਕਰੋੜ ਲਾ ਦਿੰਦੇ ਆ ਸਮਝ। ਗੱਡੀਆਂ ਰੁਕੀਆਂ ਹੋਈਆਂ, ਲਾਈਟ ਹੋਈ ਪਈ ਆ ਹਰੀ, ਅਤੇ ਆਪਾਂ ਵੀ ਖਿੱਚ ਦੀ ਤਿਆਰੀ ਵੀ ਛੇਤੀ ਛੇਤੀ ਪਹੁੰਚਿਆ ਜਾਵੇ ਹੈ ਨਾ। ਪੰਜਾਬੀ ਬੰਦੇ ਤੁਹਾਨੂੰ ਮਿਲ ਜਾਣਗੇ। ਟਰਾਂਟੋ ਜਿਹੜਾ ਹੈਗਾ ਆਪਣਾ ਹੀ ਗਾੜਾ ਵੀਰ ਮੇਰੇ, ਗੋਰਾ ਕਦੇ ਕਦੇ ਟਾਵਾਂ ਟਾਵਾਂ ਮਿਲਦਾ, ਅੱਜ ਇੱਥੇ ਕਿਉਂ ਜ਼ਿਆਦਾ ਮਿਲਦੇ ਕਿਉਂਕਿ ਮੈਂ ਦੁਪਹਿਰੇ ਆਇਆ ਹੈ ਨਾ। ਸੋ ਲੋਕ ਜ਼ਿਆਦਾਤਰ ਸੀਐਨ ਟਾਵਰ ਦੇਖਣ ਆਉਂਦੇ ਹੈ ਨਾ। ਸੀਐਨ ਟਾਵਰ ਆ ਜਿਹੜਾ ਇਹ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਰੇਲਵੇ ਨੂੰ ਦੇਖਣ, ਕੈਨੇਡੀਅਨ ਰੇਲਵੇ ਨੂੰ ਦੇਖਣ ਵਾਸਤੇ ਬਣਾਇਆ ਸੀ, ਉਹਦੇ ਬਾਰੇ ਤੁਹਾਨੂੰ ਚਾਨਣਾ ਆਪਾਂ ਅੱਗੇ ਜਾ ਕੇ ਪਾਵਾਂਗੇ। ਫਿਲਹਾਲ ਦੀ ਕੜੀ ਆਹ ਕੀ ਆ ਗਿਆ, ਇਹ ਕਹਿੰਦੇ ਵੀ ਬੁੱਤ ਆ ਗਏ। ਅਸਲ ਦੇ ਵਿੱਚ ਇੱਥੇ ਬਹੁਤ ਫੋਟੋਆਂ ਖਿਚਾਈਆਂ ਜਾਂਦੀਆਂ, ਬੰਦੇ ਲੌਂਕੇ ਪਏ ਬਿਲਡਿੰਗ ਨੂੰ ਜੇ ਆਪਾਂ ਦੇਖਿਆ ਜਾਵੇ। ਆਹ ਰੇਲਵੇ ਆ ਜਿਹਨੂੰ ਦੇਖਣ ਵਾਸਤੇ ਸੀਐਨ ਟਾਵਰ ਬਣਿਆ ਸੀ, ਇਹ ਸੀਐਨ ਟਾਵਰ ਦੇ ਬਿਲਕੁਲ ਥੱਲੇ ਦੀ ਲੰਘਦੀਆਂ, ਠੀਕ ਆ। ਅਸਲ ਦੇ ਵਿੱਚ ਕੈਨੇਡਾ ਦੇ ਵਿੱਚ 2 ਤਰ੍ਹਾਂ ਦੀ ਰੇਲਵੇ, ਇੱਕ ਪ੍ਰਾਈਵੇਟ ਇੱਕ ਸਰਕਾਰੀ ਹੈ ਨਾ। ਸੋ ਉਹਦੇ ਬਾਰੇ ਵੀ ਚਾਨਣਾ ਪਾਵਾਂਗੇ। ਫਿਲਹਾਲ ਤੁਹਾਨੂੰ ਦਿਖਾਉਣਾ ਵੀ ਕੈਨੇਡਾ ਦਾ ਆਹ ਜਿਹੜਾ ਰੈੱਡ ਲੀਫ ਹਨ ਇਹਨੇ ਅੱਧੀ ਅੱਧੀ ਦੁਨੀਆ ਕੰਮਲੀ ਕੀਤਾ। ਟਾਵਰ ਦੀ ਆਪਾਂ ਐਂਟਰੀ 'ਤੇ ਪਹੁੰਚ ਚੁੱਕੇ, ਤੁਹਾਨੂੰ ਬਾਹਲਾ ਬੋਰ ਨਾ ਕਰੀਏ, ਹੁਣ ਆਪਾਂ ਦਬਾ ਕੰਮ ਨਿਬੇੜਨਾ, ਠੀਕ ਹੈ। ਇਹ ਸੀਐਨ ਟਾਵਰ ਦੀ ਐਂਟਰੀ ਹੈ ਵੀਰੇ, ਇੱਥੋਂ ਆਵਾਂਗੇ ਆਪਾਂ ਅੰਦਰ ਜਾਵਾਂਗੇ। ਇਹਨਾਂ ਨੇ ਕਹਿਣੀ ਆ ਸਕਿਉਰਟੀ ਚੈੱਕ ਇਨ, ਠੀਕ ਆ, ਜਸ਼ਨ ਚੱਲਿਆ ਅਤੇ ਬਾਈਕੇਨ ਚੱਲਿਆ। ਸੋ ਸੀਐਨ ਟਾਵਰ ਦੀ ਲਗਭਗ $70 ਦੀ ਇੱਕ ਬੰਦੇ ਦੀ ਟਿਕਟ ਆ, ਮੰਨ ਲਾ ਇੰਡੀਆ ਦਾ ਲਗਭਗ 6000 ਰੁਪਇਆ ਮੰਨ ਕੇ, 5000 ਰੁਪਇਆ ਮੰਨ ਕੇ ਚਲੋ। ਆਹ ਉੱਪਰ ਚੱਲੇ ਹਾਂ, ਠੀਕ ਹੈ, ਆਹ ਥੱਲੇ ਖਾਣ ਵਜਾਉਣ ਵਾਲਾ ਬਣਾਇਆ। ਅਤੇ ਫਿਲਹਾਲ ਆਹ ਸੀਐਨ ਟਾਵਰ ਬਾਰੇ ਦੀ ਜਿਹੜੀ ਐਲੀਵੇਟਰ ਆ ਜਿਹਨੂੰ ਲਿਫਟ ਕਹਿੰਦੇ ਹਨ, ਉਹਦੇ ਵਾਸਤੇ ਨਾ ਆਹ ਸੀਐਨ ਟਾਵਰ ਬਾਰੇ ਲਿਖਿਆ ਹੋਇਆ ਕਿਵੇਂ ਬਣਿਆ, ਕਿੱਦਾਂ ਸੀ, ਕਿੱਦਾਂ ਕਿੱਦਾਂ ਕਦੋਂ 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 ਹੋਇਆ ਹੈ ਨਾ, ਪਲੈਨਿੰਗ ਕਦੋਂ ਹੋਈ ਸੀਐਨ ਟਾਵਰ ਦੀ, ਠੀਕ ਹੈ। ਅਤੇ ਆਹ 1976 ਤੋਂ ਲੈ ਕੇ 2011 ਦੇ ਵਿੱਚ ਇਹਦੀਆਂ ਕਿਹੜੀਆਂ ਕਿਹੜੀਆਂ ਚੇਂਜਸ ਆਈਆਂ ਉਹ ਮੈਂ ਤੁਹਾਨੂੰ ਤਾਂ ਜਾ ਕੇ ਵੀ ਦਿਖਾਊਂਗਾ। ਫਿਲਹਾਲ ਮੈਂ ਇੱਥੇ ਪੜ੍ਹਨ ਨਾਲ ਤੁਹਾਨੂੰ ਅਸਲ ਦੇ ਵਿੱਚ ਦਿਖਾਉਣਾ ਚਾਹੁੰਦਾ ਵੀ ਇੱਥੇ ਹੈ ਕੀ, ਹੈ ਨਾ। ਅਤੇ ਲਓ ਬਈ ਲਿਫਟ ਜਿਹੜੀ ਹੈਗੀ ਆ ਬਹੁਤ ਤੇਜ਼ੀ ਨਾਲ ਵੱਧਦੀ ਹੋਈ, ਇਹ ਜਿਹੜੇ ਸਾਹਮਣੇ ਆਏ ਲੱਗਦਾ ਨਾ ਜਿਵੇਂ ਜਿਹੜਾ ਝਰਖੇ ਆਈ ਜਾਂਦੀਆਂ ਟੀ ਵੀ 'ਚ ਨਾ, ਉਹ ਨਹੀਂ ਆ ਵੀਰੇ, ਲਿਫਟ ਬਹੁਤ ਤੇਜ਼ੀ ਨਾਲ ਜਾਈ ਜਾਂਦੇ। ਤਾਂ ਆਹ ਬੰਦਾ ਨਾਲ ਨਾਲ ਸਾਨੂੰ ਡਰ ਤੋਂ ਕੰਟਰੋਲ ਕਰ ਰਿਹਾ ਕਿ ਹੁਣ ਤੁਸੀਂ ਹੁਣ ਬੱਦਲਾਂ 'ਚੋਂ ਫਿਲਹਾਲ ਦੇਖ ਲਓ ਸਾਰੀਆਂ ਬਿਲਡਿੰਗਾਂ ਜਿਹੜੀਆਂ ਉੱਚੀਆਂ ਜਿਹੜੀਆਂ ਤੁਹਾਨੂੰ ਥੱਲੇ ਦਿਖਾਂਗਾ ਸੀ, ਉਹ ਸਾਰਿਆਂ ਤੋਂ ਉੱਤੇ ਆਪਾਂ ਅੱਜ ਕੱਲ੍ਹ ਗੁਰਪ੍ਰੀਤ ਕੋਟ ਲਈ ਖੜ੍ਹੇ ਆ। ਬਾਈ ਜੀ ਲਓ ਜੀ ਸਾਰੀਆਂ ਕੱਟਤੀਆਂ ਇੱਕ ਵਾਰੀ, ਅਤੇ ਆਹ ਕੈਨੇਡਾ ਦਾ ਵਿਊ ਆ ਜਿਹੜਾ ਦੇਖਦੇ ਆ, ਆ ਗਏ ਸੀਐਨ ਟਾਵਰ ਦੀ ਲਿਫਟ ਛੱਡ ਕੇ ਬਾਹਰ, ਅਤੇ ਇੱਥੇ ਫੋਟੋਆਂ ਖਿਚਾਉਣ ਦੇ ਮਾਰਿਆਂ ਨੇ ਵੀਰੇ
ਲਗਭਗ 70-70 ਡਾਲਰ ਦਿੱਤੇ ਜੇ ਉਦੋਂ ਤਾਂ ਜਾਣਾ ਤਾਂ 100 ਡਾਲਰ ਨੂੰ ਵੀ ਲੱਗ ਜਾਂਦਾ। ਫਿਰ ਆਪਾਂ ਦੇਖਾਂਗੇ ਆਪਾਂ ਤੁਹਾਨੂੰ 100 ਵੀ ਲਾ ਕੇ ਤਾਂ ਜਾਵਾਂਗੇ, ਪਰ ਫਿਲਹਾਲ ਦੀ ਕੜੀ ਇੱਥੋਂ ਦਾ ਨਜ਼ਾਰਾ ਲਓ। ਆਹ ਹੈਗਾ ਟਰਾਂਟੋ ਵੀਰੇ, ਇੱਧਰਲੇ ਪਾਸੇ ਟਰਾਂਟੋ 'ਚ ਪ੍ਰਾਈਵੇਟ ਇੱਕ ਛੋਟਾ ਆਪਾਂ ਕਹਿ ਲਈਏ ਹਵਾਈ ਅੱਡਾ, ਇੱਥੇ ਜਹਾਜ਼ ਉੜੇ ਵੀ ਦਿਖਾਵਾਂਗੇ ਤੁਹਾਨੂੰ। ਇਹ ਜਹਾਜ਼ਾਂ ਨੇ ਫਿਰ ਬਹੁਤ ਮਹਿਕਣਾ, ਜੇ ਜਹਾਜ਼ ਬਣੇ ਤਾਂ ਦੁੜੂੰਗਾ ਇੰਨੀ ਛੋਟੀ ਹੋਈ, ਅਤੇ ਅੱਧੇ ਬੰਦੇ ਜਹਾਜ਼ਾਂ ਨੂੰ ਵੀ ਗਾਲਾਂ ਕੱਢਦੇ ਵੀ ਕਿਉਂ ਬਣਾਏ ਇੰਨੀ ਦੂਰ ਕਿਉਂ ਆਏ। ਪਰ ਫਿਲਹਾਲ ਦੀ ਕੜੀ ਆਹ ਦੇਖੋ ਟਰਾਂਟੋ ਸ਼ਹਿਰ ਦਾ ਆਹ ਪਾਰਟ ਬਈ, ਲਓ ਵੀ ਇੱਥੇ ਉਹ ਵੀ ਸ਼ੀਸ਼ਾ ਜਿਹੜਾ ਡੁਬਈ 'ਚ ਦੇਖਿਆ ਸੀ, ਇਹ ਸ਼ੀਸ਼ੇ ਦੇ ਉੱਤੇ ਮੈਂ ਚੜ੍ਹ ਕੇ ਨੱਚੂੰਗਾ। ਲਓ ਫਿਰ ਆਪਾਂ ਨੂੰ ਪਤਾ ਇਹ ਟੁੱਟਦਾ ਨਹੀਂ ਹੁੰਦਾ, ਪਰ ਡਰਾਉਂਦੇ ਬਹੁਤ ਲੋਕ ਨਵੇਂ ਨਵੇਂ ਚੜ੍ਹਦੇ ਨਹੀਂ ਆਪਾਂ, ਪਰ ਇਹ ਸਾਰੇ ਦੇਸ਼ਾਂ 'ਚ ਜਾ ਕੇ ਪੁਰਾਣਾ ਕਰਤਾ। ਉਹ ਜਵਾਕ ਲੇਟਿਆ ਪਿਆ, ਮੈਂ ਵੀ ਆਖਾਂ ਦੋ ਆਪਾਂ ਵੀ ਲਟਕੇ ਫੋਟੋ ਖਿਚਾ ਲਈ ਜਾਵੇ, ਅਤੇ ਚੰਗੀ ਗੱਲ ਆ ਕੋਟ ਦੀ ਵਾਲਾ, ਵਧੀਆ ਗੱਲ ਹੈ। ਆਹ ਹੈਗਾ 360 ਰੈਸਟੋਰੈਂਟ ਵੀਰੇ, ਇਹ ਜਿਹੜਾ ਰੈਸਟੋਰੈਂਟ ਆ ਉੱਪਰ ਜਾ ਕੇ ਬਣਿਆ ਹੋਇਆ, ਠੀਕ ਆ। ਸੀਐਨ ਟਾਵਰ 'ਚ ਤੁਹਾਨੂੰ ਕੁਝ ਨਹੀਂ ਖਾਣ ਨੂੰ ਮਿਲਣਾ, ਇਹ ਮਿਲਣਾ ਇੱਥੋਂ ਅਸੀਂ ਹੁਣ ਟਿਕਟਾਂ ਜਿਹੜੀਆਂ ਹੈਗੀਆਂ ਲਈਆਂ, ਨਾਓ ਬੋਰਡਿੰਗ ਟੂ ਸਕਾਈ ਪੈਡ। ਆਪਾਂ ਸੀਐਨ ਟਾਵਰ ਦੇ ਉੱਪਰਲੇ ਪਾਸੇ ਜਾਣਾ ਜਿਹੜਾ ਬਿਲਕੁਲ ਉੱਤਰ, ਹੁਣ ਇੱਥੇ ਸੀਗੇ, ਹੁਣ ਆਪਾਂ ਤਾਂ ਜਾਣਾ ਕਿਉਂਕਿ ਆਪਾਂ ਜਦੋਂ ਆਏ ਇੰਨੀ ਦੂਰ 12,000 ਕਿਲੋਮੀਟਰ 'ਤੇ ਆਪਾਂ ਥੋੜ੍ਹਾ ਥੋੜ੍ਹੇ ਛੱਡਣਾ ਥੋੜ੍ਹੀ। ਅਤੇ ਯਾਰ ਜਿਹੜੀਆਂ ਰੇਲ ਗੱਡੀਆਂ ਦੇ ਵਾਸਤੇ ਬਣਾਇਆ ਸੀ ਉਹ ਰੇਲ ਗੱਡੀਆਂ ਦੀਆਂ ਨਹੀਂ ਕਿਤੇ ਨਹੀਂ, ਪਰ ਫਿਲਹਾਲ ਮੈਂ ਤੁਹਾਨੂੰ ਦਿਖਾਊਂਗਾ, ਪਹਿਲਾਂ ਦੇਖ ਲਓ ਵੀ ਕਿੰਨੀਆਂ ਕਿੰਨੀਆਂ ਬਿਲਡਿੰਗਾਂ ਨੇ, ਠੀਕ ਹੈ। ਅਤੇ ਆਹ ਬਿਲਡਿੰਗਾਂ ਨੇ ਹੀ ਸਾਰੇ ਪੰਜਾਬ ਦੇ ਪਿੰਡ ਖਾਲੀ ਕੀਤੇ ਆ। ਪਰ ਫਿਲਹਾਲ ਦੀ ਘੜੀ ਇਹ ਦੇਸ਼ ਦਾ ਆਪਾਂ ਦੇਣਾ ਦੇ ਨਹੀਂ ਸਕਦੇ, ਕਿਉਂਕਿ ਜੇ ਵੱਡੇ ਵੱਡੇ ਟੂਰਨਾਮੈਂਟ ਹੋਏ ਉਹ ਵੀ ਕੈਨੇਡਾ ਦੀ ਦੇਣ, ਬਹੁਤ ਕੁਝ ਕੈਨੇਡਾ ਨੇ ਦਿੱਤਾ। ਪਰ ਫਿਲਹਾਲ ਦੀ ਘੜੀ ਕੈਨੇਡਾ ਨੂੰ ਅਸੀਂ ਅੱਜ 100 ਡਾਲਰ ਦੇ ਕੇ ਸੀਐਨ ਟਾਵਰ 'ਤੇ ਪੂਰਾ ਪੂਰਾ ਪੱਕ ਕੇ ਮਜ਼ਾ ਕਰਨਾ ਅਤੇ ਤੁਹਾਨੂੰ ਸਭ ਕੁਝ ਦਿਖਾਉਣਾ ਵੀ ਇੱਥੇ ਹੈ ਕੀ, ਹੈ ਨਾ। ਸੋ ਇਹਦੇ ਕੀ ਹੈ, ਇੱਕ ਤਰ੍ਹਾਂ ਆਰਕੀਟੈਕਟ ਆ ਯਾਰ, ਹਰ ਦੇਸ਼ ਦੇ ਵਿੱਚ ਅਲੱਗ ਅਲੱਗ ਬਿਲਡਿੰਗਾਂ ਬਣੀਆਂ ਹੋਈਆਂ, ਹੈ ਨਾ। ਅਤੇ ਬਾਈ ਤੁਰਦਾ ਨੀਗਾ, ਬਾਈ ਕਹਿੰਦਾ ਯਾਰ ਮੈਂ ਡਰਦਾ ਨੀਗਾ, ਮੈਂ ਕਿਹਾ ਵੀ ਡਰਦੇ ਹੋ, ਕਹਿੰਦਾ ਨਹੀਂ ਮੈਂ ਵੈਸੇ ਬੈਠਾ। ਅਤੇ ਜਸ਼ਨ ਵੀ ਕਹਿੰਦਾ ਵੀ ਚੱਲ ਯਾਰ ਬਈ ਆਪਾਂ ਚੱਲ ਗਏ, ਪਰ ਨਹੀਂ ਆਹ ਸਾਹਮਣੇ ਉਹ ਰੇਲਵੇ ਲਾਈਨਾਂ ਜਿਨ੍ਹਾਂ ਨੂੰ ਦੇਖਣ ਵਾਸਤੇ ਸੀਐਨ ਟਾਵਰ ਬਣਾਇਆ ਗਿਆ ਸੀ। ਪਰ ਫਿਲਹਾਲ ਦੀ ਘੜੀ ਆਪਾਂ, ਕਿਉਂਕਿ ਦੁਨੀਆਂ ਦੇ ਸਾਰੇ ਵੱਡੇ ਸ਼ਹਿਰ ਆ ਜਿਹੜੇ ਆਪਾਂ ਗੱਲ ਕਰੀਏ ਸਮੁੰਦਰ ਦੇ ਕਿਨਾਰੇ ਬਣੇ ਜਾਂ ਪਾਣੀ ਦਰਿਆ ਉਹਨਾਂ ਦੇ ਵਿੱਚ ਦੀ ਲੰਘਦਾ, ਅਤੇ ਟਰਾਂਟੋ ਵੀ ਉਹਨਾਂ ਦੇ ਵਿੱਚੋਂ ਇੱਕ ਆ ਕਾਰਨ ਆ, ਕਿਉਂਕਿ ਜਿੱਥੇ ਪਾਣੀ ਆ ਉੱਥੇ ਜੀਵਨ ਆ, ਅਤੇ ਜੀਵਨ ਨੂੰ ਚਲਾਉਣ ਵਾਸਤੇ ਬਿਲਡਿੰਗਾਂ ਬਣਾਉਣ ਵਾਸਤੇ ਜਿਉਣ ਵਾਸਤੇ ਪਾਣੀ ਜ਼ਰੂਰੀ ਆ, ਤਾਂ ਕਰਕੇ ਸਭ ਕੁਝ ਦੁਨੀਆਂ ਦੇ ਵਿੱਚ ਪਾਣੀ ਦੇ ਹੁੰਦਿਆਂ ਹੀ ਸੰਭਵ ਆ। ਪਰ ਫਿਲਹਾਲ ਦੀ ਘੜੀ ਮੈਂ ਜਿਹੜਾ ਸੀਐਨ ਟਾਵਰ ਦੇ ਚਾਰੇ ਪਾਸੇ ਦਾ ਗੇੜਾ ਲਾਈ ਜਾਂਦਾ ਤਾਂ ਕਿ ਤੁਹਾਨੂੰ ਮੈਂ ਪੂਰੀ ਤਰ੍ਹਾਂ ਟਰਾਂਟੋ ਸ਼ਹਿਰ ਦਾ ਅਨਾਲਿਸਿਸ ਕਰਾ ਸਕਾਂ, ਹੈ ਨਾ। ਸੋ ਇਹ ਵੈਸੇ ਸ਼ੇਖਾਂ ਨੇ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ, ਪਰ ਆਹ ਦੇਖ ਲਓ ਇਹਨੇ ਕੀ ਹੈ, ਇਹ ਸੀਐਨ ਟਾਵਰ 'ਤੇ ਬਿਜਲੀ ਬਹੁਤ ਵਾਰ ਡਿੱਗਦੀ ਹੈ। ਆਪਾਂ ਗੱਲ ਕਰੀਏ ਵੀ ਸਾਲ ਦੇ ਵਿੱਚ 300-400 ਵਾਰ ਬਿਜਲੀ ਡਿੱਗਦੀ ਹੈ, ਕਿਉਂਕਿ ਇੰਨਾ ਉੱਚਾ, ਪਰ ਇਹਨੂੰ ਇੱਦਾਂ ਬਣਾਇਆ ਗਿਆ ਕਿ ਇਹਦੇ ਉੱਤੇ ਬਿਜਲੀ ਡਿੱਗਦੀ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਥੱਲੇ ਅਰਥਿੰਗ ਹੋਈ ਵੀ ਹੈ, ਇਹ ਇਹਨਾਂ ਨੇ ਅੰਗਰੇਜ਼ੀ 'ਚ ਲਿਖਿਆ, ਮੈਂ ਤੁਹਾਨੂੰ ਇੱਕ ਮਿੰਟ 'ਚ ਦੱਸਦਾ, ਠੀਕ ਹੈ। ਅਤੇ ਅੰਦਰ ਅੰਡਰ ਵਾਟਰ ਕੰਡੀਸ਼ਨ ਕਹਿੰਦੇ ਸੀਐਨ ਟਾਵਰ, ਇਹਨੂੰ ਤੁਸੀਂ ਨਾ ਰੋਕ ਕੇ ਪੜ੍ਹ ਸਕਦੇ ਹੋ। ਕੀ ਦੱਸਾਂ ਤੁਹਾਨੂੰ, ਹੁਣ ਮੈਂ ਜਿੱਥੇ ਆਇਆ ਨਾ, ਇਹ ਆ ਗਿਆ ਵੀਰ ਮੇਰੇ ਕੀ ਆ ਗਿਆ, ਤਾਂ ਮੈਂ ਆਪ ਕਨਫਿਊਜ਼ ਹੋ ਗਿਆ। ਕਨਫਿਊਜ਼ ਨਹੀਂ, ਅਸਲ ਦੇ ਵਿੱਚ ਉਹ ਲਿਫਟ ਦੇ ਵਿੱਚੋਂ ਚੜ੍ਹ ਕੇ ਮੈਂ ਜਿਹੜਾ ਹੈਗਾ ਅੱਧ ਤੋਂ ਤਾਂ ਆਇਆ ਸੀਗਾ, ਹੈ ਨਾ। ਅਤੇ ਸੋ ਫਿਲਹਾਲ ਤਾਂ ਬੰਦੇ ਬੜੇ ਘੱਟ ਹੈ, ਕਾਰਨ ਆ ਕਿ ਅਗਲਾ ਕਹਿੰਦਾ ਯਾਰ ਕਾਹਦੇ ਵਾਸਤੇ ਇੰਨੇ ਪੈਸੇ ਲਾਉਣੇ ਆ, ਪਹਿਲਾਂ ਹੀ ਬਹੁਤ ਲੱਗ ਗਿਆ ਥੱਲੇ ਜਾਂਦੇ ਜਾਂਦੇ ਨੇ, ਹੈ ਨਾ। ਸੋ ਲਓ ਅਸੀਂ ਵਾਪਸ ਆ ਗਏ ਹਾਂ, ਫਿਰ ਆਪਾਂ ਆ ਕੇ ਹੁਣ ਜਿਹੜਾ 360 ਤੋਂ ਹੁਣ ਆਪਾਂ ਜਿਹੜਾ ਹੈਗਾ ਮੈਂ ਦੇਖਦਾ ਵੀ ਯਾਰ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਦੇ ਵਿੱਚ ਸਭ ਤੋਂ ਮਸ਼ਹੂਰ ਥਾਂ 'ਤੇ ਮਿਲਦਾ ਕੀ ਆ, ਹੈ ਨਾ। ਫਿਲਹਾਲ ਜਿਹੜਾ ਹੈਗਾ ਔਡਰ ਆਪਾਂ ਕੀਤਾ ਹੋਇਆ ਅਤੇ ਕੀ ਮਿਲਦਾ ਉਹਦੇ ਬਾਰੇ ਵੀ ਤੁਹਾਨੂੰ ਮੈਂ ਦਿਖਾਊਂਗਾ। ਪਰ ਫਿਲਹਾਲ ਦੀ ਕੜੀ ਆਹ ਪਾਈ ਹੈ, ਕੀ ਮਿਲਦਾ ਯਾਰ, ਮਿਲਣਾ ਕੀ ਹੈ, ਉਹੀ ਕੁਝ ਜਿਹੜਾ ਹੈਗਾ ਪੀਜ਼ੇ ਬਰਗਰ ਜੀ ਮਿਲਦੇ ਆ, ਮੈਨੂੰ ਲੱਗਦਾ ਰੋਟੀਆਂ ਇੱਥੇ ਵੀ ਨਹੀਂ ਮਿਲਦੀਆਂ। ਲਓ ਵੀ ਵੀਡੀਓ ਸ਼ੂਟ ਕੀ ਕੀਤੀ ਆ ਕਿ ਇੱਧਰਲੇ ਪਾਸੋਂ ਜਹਾਜ਼ ਉੱਡਿਆ, ਜਹਾਜ਼ ਸਮੁੰਦਰ ਦੇ ਵਿੱਚੋਂ ਪਾਰ ਕਰਦਾ ਕਰਦਾ, ਦੇਖੋ ਇੰਨਾ ਉੱਚਾ ਵੀ ਉੱਡਦੇ ਜਹਾਜ਼ ਵੀ ਨੀਵੇਂ ਲੱਗਦੇ ਇੱਥੋਂ, ਹੈ ਨਾ। ਸੋ ਕੈਨੇਡਾ ਦਾ ਸੀਐਨ ਟਾਵਰ ਆ, ਬਾਕੀ ਇਹਦੇ 'ਚ ਹੋਰ ਕੁਝ ਨਹੀਂ, ਬਸ ਤੁਸੀਂ ਵਿਊ ਲੈ ਸਕਦੇ ਹੋ। ਅਤੇ ਸੋ ਆਪਾਂ ਉੱਥੇ ਪੀ ਕੇ ਚਾਹ ਚੂਹ, ਹੈ ਨਾ, ਅਤੇ ਥੱਲੇ ਆ ਗਏ ਹਾਂ। ਹੁਣ ਇਹ ਸੀਐਨ ਟਾਵਰ ਆ, ਇੱਥੇ ਤੁਸੀਂ ਜਿਹੜਾ ਹੁੰਦਾ ਸਵੇਰੀਨਸ ਜਿਹੜਾ ਹੈਗਾ ਮਾਲਾ ਬੇਸ਼ਕੀਮਤੀ ਸਮਾਨ ਲੈ ਸਕਦੇ ਹੋ।
ਪਰ ਫਿਲਹਾਲ ਦੀ ਘੜੀ ਆਪਾਂ ਕੀ ਲਿਆ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ, ਪਰ ਫਿਲਹਾਲ ਦੀ ਘੜੀ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਅਤੇ ਹੁਣ ਆਪਾਂ ਸਾਰਾ ਕੁਝ ਲੈ ਲੂ ਕੇ ਵਾਪਸ ਆ ਗਿਆ, ਕੀ ਲਿਆ ਉਹਦੇ ਬਾਰੇ ਤੁਹਾਨੂੰ ਅਗਲੇ ਬਲੌਗ 'ਚ ਦੱਸਾਂਗੇ। ਪਰ ਫਿਲਹਾਲ ਦੀ ਘੜੀ ਇਹ ਆਊਟ ਹੋ ਗਿਆ, ਸੀਐਨ ਟਾਵਰ ਐਡਾ ਸੀਐਨ ਟਾਵਰ ਹੈ ਕੁਛ ਨਹੀਂ ਵੀਰ ਮੇਰੇ। ਸੋ ਇੱਧਰਲੇ ਪਾਸੇ ਆ ਗਿਆ ਰੋਜਰ ਸੈਂਟਰ ਜਿੱਥੇ ਚਮਕੀਲੇ ਦਾ ਸ਼ੋਅ ਲੱਗਿਆ ਸੀ, ਜਿੱਥੇ ਆਈਸ ਹੋਕੀ ਦੇ ਮੈਚ ਹੁੰਦੇ ਆ, ਜਿੱਥੇ ਵੱਡੇ ਵੱਡੇ ਕੰਸਰਟ ਕਰਾਏ ਜਾਂਦੇ, ਅਤੇ ਇੱਧਰਲੇ ਪਾਸੇ ਤਰ੍ਹਾਂ ਯਾਰ ਕਾਲਾ ਕੱਢੀ ਆਉਂਦਾ, ਇਹਨਾਂ ਨੂੰ ਕਾਲਾ ਨਹੀਂ ਕਹਿਣਾ ਕਿਉਂਕਿ ਕਾਲਾ ਕਹੇ ਤਾਂ ਪਤਾ ਲੱਗ ਜਾਂਦਾ, ਤਾਂ ਕਰਕੇ ਇਹਨਾਂ ਨੂੰ ਲੋਕ ਸਰਪੰਚ ਕਹਿੰਦੇ ਆ। ਸੋ ਸਰਪੰਚ ਆ ਜਿਹੜਾ ਇਹ ਆਪਾਂ ਕਹੀਏ ਇੱਥੇ ਜਿਹੜਾ ਤੁੰਬੀ ਵਗੈਰਾ ਵਜਾ ਰਿਹਾ ਆਪਦੀ, ਹੈ ਨਾ, ਠੀਕ ਆ। ਆਹ ਦੇਖੋ ਗੋਰੇ ਇੱਥੇ ਭਰਾਵੋ ਰਕਸ਼ ਚਲਾਈ ਜਾਂਦੇ ਆ, ਠੀਕ ਆ, ਇੱਥੇ ਰੇਹੜੀਆਂ ਵੀ ਤੁਹਾਨੂੰ ਮਿਲ ਜਾਣਗੀਆਂ, ਤੁਸੀਂ ਦੇਖ ਲਓ, ਠੀਕ ਆ। ਹੋ ਸਕਦਾ ਇੱਥੇ ਅੰਬ ਲੈ ਲਓ, ਚਾਹ ਅੰਬ ਦਾ ਚਾਰ, ਘਿਓ ਦਾ ਚਾਰ ਵਾਲੇ ਵੀ ਮਿਲ ਜਾਣ, ਪਰ ਫਿਲਹਾਲ ਆਹ ਉਹ ਗੱਡੀਆਂ ਜਿੰਨਾਂ ਪਾਸੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਗੱਡੀਆਂ ਕਰਕੇ ਸੀਐਨ ਟਾਵਰ ਬਣਾਇਆ ਸੀ, ਹੋਰ ਇਹਦੇ 'ਚ ਕੁਛ ਨਹੀਂ ਵੀਰ ਮੇਰੇ, ਇਕੱਲੀਆਂ ਉਹਨਾਂ ਨੇ ਸੀ ਰੇਲ ਜਿਹੜਾ ਹੈਗਾ ਰੇਲਵੇ ਨੂੰ ਕੰਟਰੋਲ ਕੀਤਾ ਜਾ ਸਕੇ, ਪਤਾ ਲੱਗ ਸਕੇ ਰੇਲ ਆਉਂਦੀ ਕਿੱਥੇ ਹੈ, ਠੀਕ ਹੈ। ਇਹਨਾਂ ਨੇ ਕੀ ਕੀਤਾ, ਉਹ ਰੇਲਵੇ ਕੰਟਰ ਜਦੋਂ ਹੁਣ ਕਿਉਂਕਿ ਅੱਜ ਕੱਲ੍ਹ ਬਹੁਤ ਤਰ੍ਹਾਂ ਦੀਆਂ ਤਕਨੀਕਾਂ ਆਈਆਂ, ਇਹਨਾਂ ਨੇ ਜਸ਼ਨਾ ਘੂਰ ਕੇ ਕਿਉਂ ਝੱਕਦਾ, ਇਹ ਮੈਨੂੰ ਲੱਗਦਾ ਥੋੜ੍ਹਾ ਜਿਹਾ ਮੈਂ ਤੋਂ ਤੰਗ ਆ ਚੁੱਕਿਆ ਵੀ ਯਾਰ ਤੂੰ ਬੋਲਦੇ ਰਹਿਣਾ, ਹੈ ਨਾ। ਪਰ ਫਿਲਹਾਲ ਦੀ ਘੜੀ ਮੈਂ ਤੁਹਾਨੂੰ ਇਹ ਦੱਸਦਾ ਵੀ ਜੇਕਰ ਬਠਿੰਡੇ ਵਾਲੇ ਥਰਮਲ ਨੂੰ ਨਾ ਢਾ ਕੇ ਉਹਦੇ ਉੱਤੇ ਜੇ ਹੋਟਲ ਬਣਾ ਦਿੱਤੇ ਨਾ, ਉਹ ਵੀ ਸੀਐਨ ਟਾਵਰ ਦਾ ਇੱਕ ਛੋਟਾ ਰੂਪ ਹੋ ਸਕਦੇ ਆ, ਪਰ ਸਾਡੇ ਵਾਲਿਆਂ ਨੇ ਕਿਹਾ ਤਾਂ ਵੀ ਅਸੀਂ ਜਦੋਂ ਢਾਉਣੇ ਹੀ ਢਾਉਣੇ ਆ, ਮਤਲਬ ਇਹਨਾਂ ਨੇ ਅੰਗਰੇਜ਼ਾਂ ਨੇ ਉਹ ਚੀਜ਼ਾਂ ਖਤਮ ਨਹੀਂ ਕੀਤੀਆਂ, ਉਹਨਾਂ ਨੂੰ ਬਣਾ ਲਿਆ ਇਹਨਾਂ ਨੇ ਟੂਰਿਸਟ ਪਲੇਸਾਂ, ਅਤੇ ਸਾਡੇ ਵਾਲਿਆਂ ਨੇ ਕੀ ਆ ਜਿਹੜੀ ਚੀਜ਼ ਬਣ ਗਈ ਉਹਨੂੰ ਢਾ ਲਿਆ, ਅਤੇ ਫਿਲਹਾਲ ਦੇਖੋ ਕਿੰਨੇ ਪੰਜਾਬੀ ਅਸਲ ਦੇ ਵਿੱਚ ਕਿੰਨੇ ਇੰਡੀਅਨ ਆ। ਆਹ ਗੋਰਾ ਇੱਕ ਹੋਰ ਚੱਕੀ ਫਿਰਦਾ, ਮਿਲਦਾ ਪੈਡੀ ਕੈਬ ਕਹਿੰਦੇ ਇਹਨੂੰ, ਠੀਕ ਆ, ਆਪਣੇ ਰਕਸ਼ਾ ਕਹਿੰਦੇ, ਇੱਥੇ ਰਕਸ਼ਾ ਵਾਲਾ ਘੱਟੋ ਘੱਟ ਲੱਖ ਰੁਪਇਆ ਤੁਹਾਨੂੰ ਕਮਾ ਕੇ ਪੈਂਦਾ, ਅਤੇ ਸਾਡੇ ਵਾਲਾ ਜਿਹੜਾ ਹੈਗਾ ਮੈਂ ਜਿਹੜਾ ਆਪਾਂ ਅੱਗੇ ਥੋੜ੍ਹੇ ਘੱਟ ਕਮਾਉਣਾ, ਮਤਲਬ ਕਿ ਪੈਗ ਜੋਗੇ ਹੀ ਬਣਦੇ ਆ, ਗੁੜ ਚਾ ਮਸਾ ਹੀ ਆਉਂਦਾ। ਪਰ ਫਿਲਹਾਲ ਦੀ ਗੜੀ ਤੁਹਾਨੂੰ ਅੱਗੇ ਲੈ ਕੇ ਚੱਲਦਾ ਮੈਂ, ਆਹ ਜਦੋਂ ਮੈਂ ਇੱਥੇ ਚਾਰੇ ਪਾਸੇ ਦਾ ਵਿਊ ਦੇਖਦਾ ਵੀ ਇੱਥੇ ਹੈ ਕੀ, ਇਹ ਅਸਲ ਦੇ ਵਿੱਚ ਹੁਣ ਜਿਹੜਾ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਕੈਨੇਡਾ ਦਾ ਡਾਊਨ ਟਾਊਨ ਹੈ, ਠੀਕ ਹੈ। ਅਤੇ ਇੱਥੇ ਤੁਸੀਂ ਜਿਹੜੇ ਹੈਗੇ ਆ ਫੁੱਲੇ ਵੀ ਲੈ ਸਕਦੇ ਹੋ, ਮਤਲਬ ਕਿ ਆਹ ਦੇਖ ਲਓ, ਤੁਸੀਂ ਦੇਖ ਲਓ ਪਿੱਛੇ ਸਿੰਘ ਆ ਨਾ, ਪਿੱਛੇ ਰੇਹੜੀਆਂ ਜੀ, ਆਹ ਦੇਖੋ ਪੱਗਾਂ ਪੋਚੀਆਂ ਵਾਲੇ ਸਰਦਾਰ ਬੰਦੇ ਆਏ ਹੋਏ ਆ। ਸੋ ਆ ਗਏ ਪੱਗਾਂ ਪੋਚੀਆਂ ਵਾਲੇ, ਅਤੇ ਅਸੀਂ ਬਚ ਕੇ ਨਹੀਂ ਰੰਗਲੇ ਦੁਪੱਟੇ ਵਾਲ ਗਏ। ਫਿਲਹਾਲ ਦੀ ਕੜੀ ਇੱਧਰ ਆਪਾਂ ਕਹੀਏ ਸਰਪੰਚ ਵੀ ਲੱਗੇ ਹੋਏ ਆ ਪੂਰੇ ਦਾ ਪੂਰੇ, ਫਿਲਹਾਲ ਕੰਸਟਰਕਸ਼ਨ ਦਾ ਕੰਮ ਚੱਲਦਾ, ਅਤੇ ਇਹ ਰੇਲਵੇ ਲਾਈਨ ਅਸਲ ਦੇ ਵਿੱਚ ਇਹ ਰੇਲਵੇ ਉਹ ਰੇਲਵੇ ਦੇ ਇੰਜਣ ਖੜਾਏ ਹੋਏ ਜਿਹੜੇ ਕਿ ਚੱਲਦੇ ਸੀ। ਦੇਖ ਲਓ ਜਦੋਂ ਸਾਡੇ ਆਪਾਂ ਗੱਲ ਕਹੀਏ ਹਜੇ ਬਲਦ ਗੱਡੀਆਂ ਵੀ ਪੂਰੀਆਂ ਨਹੀਂ ਸੀ, ਉਹ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਰੇਲਵੇ ਚਲਾਈ ਹੋਈ ਸੀ। ਸੋ ਭਾਈ ਇਹ ਸਾਰਾ ਦੇਸ਼ ਆ ਜਿਹੜਾ ਇੰਗਲੈਂਡ ਦੀ ਰਾਣੀ ਦੇ ਅੰਡਰ ਹੈ, ਠੀਕ ਆ। ਮਹਾਰਾਣੀ ਐਲਜ਼ਾਬੈਥ ਟੂ ਕੁਈਨ ਰੋਡ ਵੀ ਚੱਲਦੇ ਆ, ਸਿੱਕੇ ਵੀ ਉਹਦੇ ਚੱਲਦੇ ਆ। ਫਿਲਹਾਲ ਦੀ ਕੜੀ ਜਿਹੜੇ ਅੰਗਰੇਜ਼ਾਂ ਨੂੰ ਕੱਢਿਆ ਸੀ ਆਪਾਂ ਮਤਲਬ ਕੁਰਬਾਨੀਆਂ ਦੇ ਦੇ ਕੇ, ਅੱਜ ਕੱਲ੍ਹ ਅਸੀਂ ਚਾਲੀ ਚਾਲੀ 50-50 ਲੱਖ ਲਾ ਕੇ ਕੈਨੇਡਾ ਕੋਲ ਵਾਹ ਮਤਲਬ ਗੋਰਿਆਂ ਕੋਲ ਵਾਪਸ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਕੇ ਦੇ ਵਿੱਚ ਪਹੁੰਚ ਰਹੇ ਹਾਂ। ਕਾਰਨ ਹੈ ਕਿਉਂਕਿ ਇਹ ਮੈਨੂੰ ਲੱਗਦਾ ਕੀ ਕਾਰਨ ਆ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ, ਪਰ ਫਿਲਹਾਲ ਦੀ ਘੜੀ ਇਹ ਹੈ ਵੀ ਆਪਾਂ ਸੀਐਨ ਟਾਵਰ ਦੀਆਂ ਤੁਹਾਨੂੰ ਉਹ ਰੇਲਾਂ ਵੀ ਦਿਖਾ ਦਿੰਦੇ ਜਿਹਨਾਂ ਨੂੰ ਦੇਖਣ ਵਾਸਤੇ ਬਣਿਆ ਸੀ। ਦੇਖੋ ਵੀਰ ਮੇਰੇ ਕਿੱਡਾ ਯਾਰ ਸਾਡੇ ਬੰਦਿਆਂ ਨੇ ਇਹਦਾ ਰੌਲਾ ਪਾਇਆ ਵੀ ਸੀਐਨ ਟਾਵਰ ਆ, ਸੀਐਨ ਟਾਵਰ ਵੋ, ਠੀਕ ਆ। ਇੱਥੇ ਲਾਈਟਾਂ ਰਾਤ ਨੂੰ ਚੱਲਦੀਆਂ ਹੁੰਦੀਆਂ, ਵੈਸੇ ਮੈਂ ਕਹਿ ਦੂੰਗਾ ਬਦਲ ਨੂੰ ਵੀ ਭਾਈ ਉਹਦੇ ਵਿੱਚ ਇੱਕ ਸ਼ਾਟ ਪਾ ਦੇ, ਰਾਤ ਨੂੰ ਇਹ ਦੇਖਣ ਨੂੰ ਕਿਹੋ ਜਿਹਾ ਲੱਗਦਾ। ਪਰ ਫਿਲਹਾਲ ਐਡੀ ਵੀ ਕੋਈ ਗੱਲ ਨਹੀਂ ਜਿਹਦੇ ਪਿੱਛੇ ਕਾਮਲਾ ਹੋਇਆ ਜਾਵੇ। ਸੋ ਸੀਐਨ ਟਾਵਰ ਇਜ਼ ਨੋਰਮਲ ਟਾਵਰ, ਅਤੇ ਜਿੱਥੇ ਸਿਰਫ ਇੱਕ ਰੈਸਟੋਰੈਂਟ ਆ, ਥੱਲੇ ਚੀਜ਼ਾਂ ਵੇਚਣ ਵਾਲੇ ਆ, ਅਤੇ ਤਾਂ ਤੋਂ ਜਾ ਕੇ ਮੁੜ ਕੇ ਆਉਣਾ। ਸੋ ਫਿਲਹਾਲ ਦੀ ਕੜੀ ਜਿਹੜਾ ਆਪਾਂ ਗੱਲ ਕਰੀਏ ਆਹ ਸਾਰੇ ਦਾ ਸਾਰਾ ਪੁਲ ਦੇਖ ਕੇ ਅਤੇ ਸਾਰਾ ਕੁਝ ਹਾਲ ਦੇਖ ਕੇ ਮੈਨੂੰ ਲੱਗਿਆ ਕਿ ਸੀਐਨ ਟਾਵਰ ਆ ਜਿਹੜਾ ਇੱਥੋਂ ਦਾ ਜਿਹੜਾ ਆਪਣਾ ਸਫਲ ਪ੍ਰੀਖਣ ਹੋ ਚੁੱਕਿਆ।